नंबर प्रैक्टिस शीट का 12 सवाल करना है। पहले 11 सवाल आप कर लिए। हुन 12वें सवाल च की है ध्यान देखो, किन्ने 20 सेंटीमीटर दे किनारे वाले छोटे कण 2 मीटर किनारे वाले घनाकार बक्से विच रखे जा सकते हैं। एक कल भी एक क्वेश्चन आया सी, परसों भी आया सी, जिन्ना च आपा कहा सी कि जदों दो चीजां होन, एक चीज दे उपर दूजी चीज रखनी होवे, तां आपा कहा सी इक्को ही सिस्टम लगदा है कि जेड़ी चीज वड्डी है उंदा आयतन या क्षेत्रफल बटे जेड़ी चीज उंदे उपर रखनी है उंदा आयतन या क्षेत्रफल। क्या सुना है? हुन एक छोटे कण वड्डे घनाकार बक्से ते रखने ना, तां वड्डा छोटा कण है कि घनाकार बक्सा? आ उन्होंने कहा किन्ने 20 सेंटीमीटर किनारे वाले छोटे कण ते 2 मीटर किनारे वाले घनाकार बक्से ते, तां केड़ा वड्डा होगा? बक्सा। बक्सा वड्डा ना, तां बक्से दा हुण बक्सा एक घनाकार, घना आकार दा मतलब कमरा, 3D यानी कि 3D ਦਾ ਮਤਲਬ ਇਹਨੀਆਂ ਤਿੰਨ ਚੀਜ਼ਾਂ ਹੋਣਗੀਆਂ ਕੀ ਲੰਬਾਈ, ਚੌੜਾਈ, ਉਚਾਈ। ਤਾਂ ਫਿਰ ਇਹਦਾ ਲੰਬਾਈ, ਚੌੜਾਈ, ਉਚਾਈ ਘਨਾਕਾਰ ਹੈ, ਮਤਲਬ ਇਹਦਾ ਸਾਰਾ ਕੁਝ 2 ਹੈ, ਲੰਬਾਈ ਵੀ 2 ਹੈ, ਚੌੜਾਈ ਵੀ 2 ਹੈ, ਉਚਾਈ ਵੀ 2। ਤੇ ਛੋਟੇ ਘਨ ਦੇ 20 ਸੈਂਟੀਮੀਟਰ, ਇਹਦਾ ਵੀ ਲੰਬਾਈ ਵੀ 20 ਸੈਂਟੀਮੀਟਰ, ਚੌੜਾਈ ਵੀ 20 ਸੈਂਟੀਮੀਟਰ, ਉਚਾਈ ਵੀ 20। पर एक गल देखने वाली है, हुन इंदे खेत्रफल उपर लिखांगे, इंदा खेत्रफल किते लिखांगे? नीचे। पर एक गल देखने वाली है, इत्थे इकाई यूनिट की है? सेंटीमीटर। इत्थे मीटर। तां फिर दोवां अलग अलग है ना, तां आपां नूं बदलना पैणा। मी एक मीटर च किन्ने सेंटीमीटर हुंदे आ? 100। तां मीटर नूं सेंटीमीटर बदलना सौखा है क्योंकि गुणा करनी है, ਤਾਪਾ 2 ਸੋਨਾ ਗੁਣਾ ਕੀਤਾ ਕਿੰਨਾ ਹੋ ਗਿਆ? 200। 2 ਗੁਣਾ 100 ਬਰਾਬਰ 200 ਸੈਂਟੀਮੀਟਰ, ਤੇ ਆ 2 ਮੀਟਰ ਕਿੰਨਾ ਬਣ ਗਿਆ? 200 ਸੈਂਟੀਮੀਟਰ। ਤੇ ਹੁਣ ਇਹਦਾ ਭੁਜਾ ਗੁਣਾ ਭੁਜਾ ਗੁਣਾ ਭੁਜਾ, ਇਹ ਖੇਤਰਫਲ ਹੈ। ਭੁਜਾ ਕਿੰਨੀ ਹੈ? 200। ਤਾਂ 200 ਗੁਣਾ 200 ਗੁਣਾ 200 ਇਹ ਕਿੰਨਾ? 20 ਸੈਂਟੀਮੀਟਰ। ਤਾਂ 20 ਥੱਲੇ 20 ਗੁਣਾ 20 ਗੁਣਾ 20 ਆ ਜੀਰੋ ਨਾ ਕੱਟੀ ਗਈ ਤੇ ਆਹ ਇੱਥੇ 10, ਆ ਜੀਰੋ ਨਾ ਕੱਟੀ ਗਈ, ਆ ਇੱਥੇ 10, ਆ ਜੀਰੋ ਨਾ ਕੱਟੀ ਗਈ, ਆ ਇੱਥੇ 10। 10 ਗੁਣਾ 10 ਕਿੰਨਾ ਹੋ ਗਿਆ? 100। 100 ਦੇ ਮਗਰ 10 ਆਇਆ 1000। ਤਾਂ ਕਿੰਨੀਆਂ, ਕੀ ਜਵਾਬ ਆਊਗਾ ਇਹਨਾਂ ਦਾ? 1000। ਦੂਜੀ ਆਪਸ਼ਨ ਤਾਂ ਜਿਹੜੇ ਆਪਣੇ ਗੈਸ ਦੇ ਸਿਲੰਡਰ ਨਹੀਂ ਹੁੰਦੇ, ਉਹ ਕਿਹੜੀ ਸ਼ਕਲ ਦੇ ਹੁੰਦੇ ਸਿਲੰਡਰ, ਕੋਈ ਦੱਸ ਸਕਦਾ? ਮੈਥ ਵਿੱਚ ਇਹਨੂੰ ਕਿਹੜੀ ਸ਼ਕਲ ਕਹਿੰਦੇ ਨੇ? ਵੇਲਣ ਵੀ ਕਹਿੰਦੇ ਆ, ਸਿਲੰਡਰ ਵੀ ਕਹਿੰਦੇ ਨੇ। ਇੰਗਲਿਸ਼ ਚ ਸਿਲੰਡਰ ਹੀ ਕਹਿੰਦੇ ਆ, ਪੰਜਾਬੀ ਚ ਵੇਲਣ। 2 ਸਿਲੰਡਰਾਂ ਦੇ ਅਰਧ ਵਿਆਸਾਂ ਦਾ ਅਨੁਪਾਤ ਅਤੇ ਉਹਨਾਂ ਦੀਆਂ ਉਚਾਈਆਂ 2:3 ਵਿੱਚ ਉਹਨਾਂ ਦੇ ਆਇਤਨਾਂ ਦਾ ਅਨੁਪਾਤ। ਹੁਣ ਸਿਲੰਡਰ ਦੇ ਆਇਤਨ ਦਾ ਫਾਰਮੂਲਾ ਹੁੰਦਾ ਪਾਈ ਆਰ ਸਕੁਅਰ ਐਚ। ਇਹ ਫਾਰਮੂਲਾ ਕਹਿੰਦਾ ਉਹਦੇ ਅਰਧ ਵਿਆਸ ਦਿੱਤੇ, ਯਾਨੀ ਕਿ 2 ਸਿਲੰਡਰ ਇਦਾਂ ਦੇ ਲੈ ਲਏ, ਇੱਕ ਦਾ ਸਿਲੰਡਰ ਦਾ ਅਰਧ ਵਿਆਸ R1 ਲੈ ਲਿਆ, ਦੂਜੇ ਦਾ ਕੀ ਲੈ ਲਿਆ? R2। ਤਾਂ ਉਹਨਾਂ ਨੇ ਕਿਹਾ R1 ਬਟੇ R2 ਅਨੁਪਾਤ ਵਟਿਆ ਦਿੰਦਾ ਹੈ, ਤਾਂ ਕਿੰਨਾ ਜਵਾਬ ਦਿੱਤਾ ਹੈ? 1:2। ਐਵੇਂ ਉਚਾਈ ਲਿੱਤੀ H1 ਤੇ H2, ਉਹ ਵੀ ਵਟਿਆ ਦੇ ਅਨੁਪਾਤ ਕਿੰਨਾ ਦਿੱਤਾ? 2:3। ਤਾਂ ਕਹਿੰਦਾ ਉਹਨਾਂ ਦੇ ਆਇਤਨਾਂ ਦਾ ਅਨੁਪਾਤ ਕੀ ਹੋਊਗਾ? ਫਾਰਮੂਲਾ ਹੁੰਦਾ ਹੈ ਅਨੁਪਾਤ ਮਤਲਬ ਵਟਿਆ ਦੇ। ਹੁਣ ਆ ਪਾਈ ਤੇ ਪਾਈ R1 ਦੀ ਘਾਤ 2 ਹੈ ਬਟੇ R2 ਦੀ ਘਾਤ 2 ਹੈ, ਇਕੱਠੀ ਘਾਤ 2 ਕਰ ਲਈ ਨਾਲ H1 ਬਟੇ H2। ਹੁਣ R1 ਬਟੇ R2 ਦਾ ਮੁੱਲ ਕਿੰਨਾ ਹੈ? 1:2। ਤਾਂ ਇਹਦੀ ਸਿਰ ਤੇ ਕਿੰਨੀ ਘਾਤ ਲਿਖੀ? 2। ਤੇ H1 ਬਟੇ H2 ਕਿੰਨਾ ਹੈ? 2:3। 2:3। ਹੁਣ 1:2 ਦੀ ਘਾਤ 2 ਕਿੰਨਾ ਹੋ ਗਿਆ? 1:2। 1:2 ਨੂੰ ਕਿੰਨੀ ਵਾਰ ਲਿਖੂਗੀ? 2 ਵਾਰ। ਤਾਂ ਫਿਰ ਕੀ ਕਰੂੰਗੀ? ਗੁਣਾ ਕਿੰਨਾ ਹੋਗਾ? 1:4। 1:4 ਗੁਣਾ 2:3 ਹੋਵੇ, 2 ਦੇ ਟੇਬਲ ਦੇ 4 ਕੱਟਿਆ, 2 ਤੇ ਉੱਪਰ
ਕਿੰਨਾ ਆ ਗਿਆ ਇੱਕ ਥੱਲੇ ਛੇ ਦੋ ਦਿਆ ਛੇ ਉਹਨੇ ਵੱਡਿਆਂ ਚ ਆ ਗਿਆ ਨੂੰ ਪਾਜ ਲਿਖੂੰਗੀ ਇੱਕ ਅਨੁਪਾਤ ਛੇ ਜਵਾਬ ਕਿੰਨਾ ਆ ਗਿਆ ਪਹਿਲੀ ਆਪਸ਼ਨ ਕੇਸ਼ ਕੋਲ ਤਿੰਨ ਡੱਬੇ ਹਨ ਲੰਬ ਚੱਕਰੀ ਸਿਲੰਡਰ ਉਹੀ ਜਿਵੇਂ ਆ ਗੈਸ ਦਾ ਸਲਹਾਨੀ ਇੱਕ ਡੱਬਾ ਏ ਹੈ ਜਿਸਦਾ ਅਰਧ ਵਿਆਸ ਆਰ ਤੇ ਉਚਾਈ ਐਚ ਤਾਂ ਫਿਰ ਇਹਦਾ ਆਇਤਨ ਫਾਰਮੂਲਾ ਆਪਾਂ ਹੁਣੇ ਕੀਤਾ ਪਾਈ ਆਰ ਸਕੁਅਰ ਹੁਣ ਬੀ ਡੱਬਾ ਬੀ ਦਾ ਅਰਧ ਵਿਆਸ ਉਹਨਾਂ ਨੇ ਦੋ ਆਰ ਦਿੱਤਾ ਤੇ ਉਚਾਈ ਇੱਕ ਬਟੇ ਦੋ ਐਚ ਤਾਂ ਇੱਥੇ ਫਾਰਮੂਲਾ ਦੇ ਹਿਸਾਬ ਨਾਲ ਪਾਈ ਆਰ ਦੀ ਜਗ੍ਹਾ ਕੀ ਲਿਖੂੰਗੀ ਟੂ ਆਰ ਤੇ ਬ੍ਰੈਕਟ ਦੀ ਪਾਵਰ ਦੋ ਐਚ ਦੀ ਜਗ੍ਹਾ ਇੱਕ ਬਟੇ ਦੋ ਐਲ ਹੁਣ ਇਹਨੂੰ ਸੋਲਵ ਕੀਤਾ ਪਾਈ ਓਵੇਂ ਦੋ ਦੀ ਘਾਤ ਦੋ ਕਿੰਨਾ ਹੋ ਗਿਆ ਚਾਰ ਆਰ ਸਕੁਅਰ ਇੱਕ ਬਟੇ ਦੋ ਐਚ ਆ ਦੋ ਤੇ ਦੋ ਕੱਟੇ ਗਏ ਕਿੰਨਾ ਆ ਗਿਆ ਦੋ ਪਾਈ ਆਰ ਸਕੁਅਰ ਐਚ ਇਹ ਆ ਗਿਆ ਹਾਂਜੀ ਤੀਜਾ ਡੱਬਾ ਸੀ ਹੈ ਜਿੰਦਾ ਮਾਪ ਆਰ ਆਰ ਐਚ ਮਤਲਬ ਡੱਬਾ ਉਹ ਇਹ ਦੋ ਸਿਲੰਡਰ ਸੀ ਏ ਤੇ ਬੀ ਸੀ ਡੱਬਾ ਜਿੰਦਾ ਲੰਬਾਈ ਚੌੜਾਈ ਤੇ ਉਚਾਈ ਤਾਂ ਫਿਰ ਇਹਦਾ ਆਇਤਨ ਕਿੰਨਾ ਹੁੰਦਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਯਾਨੀ ਕਿ ਆਰ ਗੁਣਾ ਆਰ ਗੁਣਾ ਐਚ ਕਿੰਨਾ ਜਵਾਬ ਹੋ ਗਿਆ ਆਰ ਦੀ ਗੁਣਾ ਆਰ ਕਿੰਨਾ ਹੋਇਆ ਆਰ ਦੀ ਘਾਤ ਦੋ ਤੇ ਐਚ ਆ ਹੋ ਗਿਆ ਅੱਗੇ ਕੋਈ ਨੰਬਰ ਨਹੀਂ ਇੱਕ ਹੁਣ ਕਹਿੰਦਾ ਇਹਨਾਂ ਡੱਬਿਆਂ ਨੂੰ ਉਹਨਾਂ ਦੀ ਸਮਰੱਥਾ ਅਨੁਸਾਰ ਵੱਧਦੇ ਕ੍ਰਮ ਵਿੱਚ ਹੇਠਾਂ ਦਿੱਤੀਆਂ ਵਿੱਚੋਂ ਕਿਹੜੇ ਵਿਕਲਪ ਅਨੁਸਾਰ ਰੱਖਿਆ ਜਾ ਸਕਦਾ ਮਤਲਬ ਸਮਰੱਥਾ ਮਤਲਬ ਇੱਕ ਚੀਜ਼ ਦੇ ਅੰਦਰ ਜੇ ਆਪਾਂ ਗੈਸ ਦਾ ਸਿਲੰਡਰ ਕਹਿੰਦੇ ਹਾਂ ਤਾਂ ਸਿਲੰਡਰ ਦੇ ਅੰਦਰ ਕਿੰਨੀ ਗੈਸ ਹੈ ਜੇ ਆਪਾਂ ਡੱਬੇ ਦੀ ਗੱਲ ਕਰਦੇ ਹਾਂ ਤਾਂ ਇਸ ਕਮਰੇ ਦੇ ਡੱਬੇ ਦੇ ਅੰਦਰ ਕਿੰਨੀਆਂ ਚੀਜ਼ਾਂ ਪਈਆਂ ਸਮਰਥਾ ਦਾ ਮਤਲਬ ਹੁੰਦਾ ਉਹਨੇ ਕਿੰਨੀ ਚੀਜ਼ ਧਾਰਨ ਕੀਤੀ ਹੋਈ ਹੈ ਉਸ ਹਿਸਾਬ ਨਾਲ ਦੱਸਣਾ ਵੱਧਦਾ ਕ੍ਰਮ ਮਤਲਬ ਪਹਿਲਾਂ ਸਭ ਤੋਂ ਛੋਟਾ ਫਿਰ ਉਸ ਤੋਂ ਵੱਡਾ ਤੇ ਉਸ ਤੋਂ ਵੱਡਾ ਉਹਨੇ ਤਿੰਨਾਂ ਚੋਂ ਇੱਕ ਆਹਾ ਇਤਨ ਹੈ ਇੱਕ ਆਹਾ ਹੈ ਤੇ ਇੱਕ ਆਹਾ ਇਹਨਾਂ ਚੋਂ ਸਭ ਤੋਂ ਛੋਟਾ ਕਿਹੜਾ ਹੋਊਗਾ ਦੱਸੋ ਸਭ ਤੋਂ ਛੋਟਾ ਕਿਹੜਾ ਹੋਊਗਾ ਉਹਨਾਂ ਨੇ ਕਿਹਾ ਸਭ ਤੋਂ ਛੋਟਾ ਉਸ ਹਿਸਾਬ ਨਾਲ ਏ ਬੀ ਸੀ ਦੇ ਹਿਸਾਬ ਨਾਲ ਲਿਖਣਾ ਆ ਏ ਹੈ ਹਨਾ ਆ ਬੀ ਹੈ ਤੇ ਆ ਸੀ ਹੈ ਹੁਣ ਪਹਿਲੇ ਨੰਬਰ ਤੇ ਸਭ ਤੋਂ ਛੋਟਾ ਸੀ ਏ ਬੀ ਦੇਖੋ ਇੱਥੇ ਆਨਸਰ ਹੈ ਇੱਕ ਮਿੰਟ ਆਪਾਂ ਪਾਈ ਦਾ ਮੁੱਲ ਪੜਿਆ ਕਿੰਨਾ ਹੁੰਦਾ ਪਾਈ ਦਾ ਮੁੱਲ ਦੋ ਤਿੰਨ ਪੁਆਇੰਟ ਇੱਕ ਚਾਰ ਉੱਥੇ ਵੀ ਲਿਖਿਆ ਹੋਇਆ ਹੁਣ ਇੱਥੇ ਪਾਈ ਹੈ ਨੀ ਇੱਥੇ ਤਾਂ ਕਹਿੰਦਾ ਇੱਕੋ ਹੀ ਹੈ ਯਾਨੀ ਕਿ ਸੀ ਪਹਿਲੇ ਨੰਬਰ ਤੇ ਆ ਹੁਣ ਇੱਥੇ ਦੋ ਪਾਈ ਹੈ ਕੱਲਾ ਇੱਕ ਪਾਈ ਹੈ ਇੱਕ ਪਾਈ ਮਤਲਬ ਕੱਲਾ ਤਿੰਨ ਪੁਆਇੰਟ ਇੱਕ ਚਾਰ ਹੈ ਹਨਾ ਇੱਥੇ ਦੋ ਪਾਈ ਮਤਲਬ ਦੋ ਗੁਣਾ ਤਿੰਨ ਪੁਆਇੰਟ ਇੱਕ ਚਾਰ ਤੇ ਦੋ ਤੀਜੇ ਦਿਨ ਆ ਗਿਆ ਛੇ ਪੁਆਇੰਟ ਸਮਥਿੰਗ ਆਊਗਾ ਤਾਂ ਫਿਰ ਇਹਨਾਂ ਤੋਂ ਛੋਟਾ ਕਿਹੜਾ ਹੋਇਆ ਏ ਤੇ ਫੇਰ ਕੀ ਆਊਗਾ ਵਿੱਚ ਇੱਕ ਤਲਾਬ ਜੋੜਨਾ ਚਾਹੁੰਦਾ ਬਜਟ ਨਿਰਧਾਰਿਤ ਕਰਦੇ ਸਮੇਂ ਉਸਨੇ ਨਿਸ਼ਚਿਤ ਕੀਤਾ ਕਿ ਇੱਥੇ ਇੱਕ ਬੇਬੀ ਤਲਾਬ ਦੀ ਸਥਾਪਨਾ ਕੀਤੀ ਯੋਗ ਹੋਵੇਗਾ ਜਿਸ ਵਿੱਚ 15 ਕਿਊਬਿਕ ਫੁੱਟ ਤੋਂ ਘੱਟ ਪਾਣੀ ਦੀ ਜ਼ਰੂਰਤ ਹੈ ਮੋਹਿਤ ਕੌਰ ਚੁਣਨ ਲਈ ਇੱਕ ਬੇਬੀ ਪੂਲ ਦੇ ਵੱਖ ਵੱਖ ਮਾਡਲ ਹਨ ਇਹਨਾਂ ਵਿੱਚੋਂ ਕਿਹੜਾ ਵਿਕਲਪ ਬੇਬੀ ਤਲਾਬ ਲਈ ਸਭ ਤੋਂ ਵਧੀਆ ਹੋਣਾ ਉਹ ਕਹਿੰਦਾ ਇੱਕ ਮੱਛੀਆਂ ਲਈ ਛੋਟਾ ਜਿਹਾ ਬੇਬੀ ਤਲਾਬ ਬਣਾਉਣਾ ਹੈਗਾ ਉਹਦੇ ਵਿੱਚ ਪਾਣੀ ਕਿਸ ਤੋਂ ਘੱਟ ਹੋਣਾ ਚਾਹੀਦਾ 15 ਤੋਂ ਘੱਟ ਹੁਣ ਉਹਨੇ ਚਾਰ ਆਪਸ਼ਨ ਦਿੱਤੀਆਂ ਕਹਿੰਦਾ ਇਹਨਾਂ ਚਾਰਾਂ ਚੋਂ ਜਿਹੜਾ ਤਲਾਬ ਆ ਉਹ ਕਿਹੜਾ ਸਹੀ ਰਹੂਗਾ ਆਪਾਂ ਇਹਨਾਂ ਦਾ ਗੁਣਾ ਕਰਕੇ ਆਇਤਨ ਦੇਖ ਲੈਣਾ ਜਿੰਦਾ ਜਵਾਬ 15 ਤੋਂ ਘੱਟ ਆਇਆ ਉਹੀ ਆਪਣਾ ਆਪਸ਼ਨ ਹੋ ਪੱਚੀ 15 ਤੋਂ ਵੱਧ ਹੈ ਕਿ ਘੱਟ ਤੇ ਆਪਾਂ ਨੂੰ 15 ਤੋਂ ਕੀ ਚਾਹੀਦਾ ਤਾਂ ਫਿਰ ਇਹ ਆਪਸ਼ਨ ਦੂਜੀ ਆਪਸ਼ਨ 4 ਦੀ ਹੈ 12 ਇਹ 15 ਤੋਂ ਘੱਟ ਹੈ ਕਿ ਵੱਧ ਯਾਨੀ ਕਿ ਆਪਣਾ ਜਵਾਬ ਕੀ ਹੈ ਦੂਜਾ ਪਰ ਇੱਕ ਵਾਰ ਫੇਰ ਹੀ ਆਪਾਂ ਤੀਜਾ ਚੌਥਾ ਚੈੱਕ ਕਰ ਲੈਣੀ ਚਾਰ ਦੁਨੀ ਚਾਰ ਦੁਨੀ ਅੱਠ ਅੱਠ ਦੁਨੀ 16 ਇਹ ਵੀ 15 ਤੋਂ ਵੱਧ ਹੋ ਗਏ
तीन दूनी छह पंद्रह तो बात हो गए। यानी कि जवाब की है दूजा। 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 दूजा।